ਕਾਲੇ ਕੰਬਲ ਵਾਲੇ ਬਾਬਾ ਦਾ ਚਮਤਕਾਰ ਹਰ ਪਾਸੇ ਹੋ ਰਹੇ ਨੇ ਚਰਚੇ। ਦੋਸਤੋ, ਕਾਲੇ ਕੰਬਲ ਵਾਲੇ ਬਾਬਾ ਕਹਿੰਦੇ ਜੇ ਮਰੀਜ਼ ਨੂੰ ਟੱਚ ਵੀ ਕਰ ਦੇਵੇ ਤਾਂ ਮਰੀਜ਼ ਤੰਦਰੁਸਤ ਹੋ ਜਾਂਦਾ ਹੈ। ਮੰਜੇ ਦੇ ਉੱਤੇ ਪੈ ਕੇ ਆਉਂਦੇ ਨੇ, ਸਟਰਕਚਰ ਦੇ ਉੱਤੇ ਬੈਠ ਕੇ ਆਉਂਦੇ ਨੇ, ਰੇੜੀਆਂ ਦੇ ਵਿੱਚ ਪੈ ਕੇ ਆਉਂਦੇ ਨੇ ਅਤੇ ਭੰਗੜੇ ਪਾਉਂਦੇ ਜਾਂਦੇ ਨੇ। ਇਹ ਦਾਅਵਾ ਹੈ ਕਾਲੇ ਕੰਬਲ ਵਾਲੇ ਬਾਬਾ ਦਾ। ਹਾਂਜੀ ਦੋਸਤੋ, ਇਹ ਕਾਲੇ ਕੰਬਲ ਵਾਲੇ ਬਾਬਾ ਰਾਜਸਥਾਨ ਦੇ ਇੱਕ ਮਸ਼ਹੂਰ ਬਾਬਾ ਨੇ ਜੋ ਵੱਖ ਵੱਖ ਥਾਵਾਂ ਦੇ ਉੱਤੇ ਆਪਣੇ ਕੈਂਪ ਲਾਉਂਦੇ ਨੇ ਅਤੇ ਕੈਂਪ ਦੇ ਵਿੱਚ ਮਰੀਜ਼ਾਂ ਨੂੰ ਬੁਲਾਉਂਦੇ ਨੇ। ਮਰੀਜ਼ ਜਾਂਦੇ ਨੇ ਅਤੇ ਬਿਲਕੁਲ ਤੰਦਰੁਸਤ ਹੋ ਕੇ ਆਉਂਦੇ ਨੇ। ਦੋਸਤੋ, ਬਿਮਾਰੀ ਕਿੰਨੀ ਵੀ ਪੁਰਾਣੀ ਕਿੰਨੀ ਵੀ ਵੱਡੀ ਹੋਵੇ, ਕਹਿੰਦੇ ਇਹਨਾਂ ਦੇ ਟੱਚ ਕਰਨ ਦੇ ਨਾਲ ਹੀ ਜਿਹੜਾ ਬਿਲਕੁਲ ਮਰੀਜ਼ ਆ ਉਹ ਤੰਦਰੁਸਤ ਹੋ ਜਾਂਦਾ ਹੈ। ਜਿਵੇਂ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ, ਇੱਕ ਬੱਚੀ ਜੋ ਜਨਮ ਤੋਂ ਹੀ ਚੱਲ ਫਿਰ ਨਹੀਂ ਸਕਦੀ ਸੀ, ਜਾਂ ਪਾਸਾ ਮਰਿਆ ਹੋਇਆ ਸੀ, ਜਾਂ ਲਕਵਾ ਕਹਿ ਦਈਏ ਮਾਰਿਆ ਹੋਇਆ ਸੀ, ਜਿੱਦਾਂ ਸੋਕਾ ਹੁੰਦਾ, ਜਾਂ ਕੋਈ ਅੰਗ ਪੈਰ ਖੜਿਆ ਹੁੰਦਾ, ਜਾਂ ਸਰੀਰ ਪ੍ਰੋਪਰ ਕੰਮ ਨਹੀਂ ਕਰਦਾ ਹੁੰਦਾ, ਪ੍ਰੋਪਰ ਬੱਚਾ ਤੁਰਦਾ ਨਹੀਂ, ਜਾਂ ਸੁਣਦਾ ਨਾ ਹੋਵੇ, ਜਾਂ ਬੱਚਾ ਬੋਲਦਾ ਨਾ ਹੋਵੇ, ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੋਵੇ, ਕਾਲੇ ਕੰਬਲ ਵਾਲੇ ਬਾਬਾ ਦਾ ਹੱਥ ਲੱਗਦੇ ਹੀ ਬਿਲਕੁਲ ਹੀ ਬੱਚਾ ਜਿਹੜਾ ਤੰਦਰੁਸਤ ਹੋ ਜਾਂਦਾ ਹੈ। ਤਾਂ ਤੁਸੀਂ ਪਿੱਛੇ ਦੇਖ ਰਹੇ ਹੋ ਦੋਸਤੋ ਕਿ ਕਿੰਨੀ ਦੁਨੀਆ ਜਿਹੜੀ ਬੈਠੀ ਹੈ ਬਾਬਾ ਜੀ ਤੋਂ ਇਲਾਜ ਕਰਵਾਉਣ ਵਾਸਤੇ। ਦੁਨੀਆ ਦੇਸ਼ ਦੇ ਵੱਖਰੇ ਵੱਖਰੇ ਥਾਵਾਂ ਤੋਂ ਆਉਂਦੀ ਹੈ, ਲੋਕ ਦੇਸ਼ ਦੇ ਵੱਖਰੇ ਵੱਖਰੇ ਥਾਵਾਂ ਤੋਂ ਆਉਂਦੇ ਨੇ ਅਤੇ ਬਾਬਾ ਤੋਂ ਆਪਣਾ ਇਲਾਜ ਕਰਵਾ ਕੇ ਜਾਂਦੇ ਨੇ। ਇਹ ਬਾਬਾ ਜੀ ਕਾਲੇ ਕੰਬਲ ਵਾਲੇ ਬਾਬਾ ਦੇ ਨਾਂ ਤੋਂ ਮਸ਼ਹੂਰ ਨੇ ਅਤੇ ਰਾਜਸਥਾਨ ਦੇ ਬੜੇ ਮਸ਼ਹੂਰ ਜਿਹੜੇ ਬਾਬਾ ਕਹਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇਹ ਬਾਬਾ ਟੌਪ ਕਲਾਸ ਬਾਬਾ ਜੀ ਨੇ, ਜਿਨ੍ਹਾਂ ਦਾ ਨਾਮ ਜਿਹੜਾ ਤੰਦਰੁਸਤੀ ਅਤੇ ਲੋਕਾਂ ਦੇ ਭਲੇ ਦੇ ਲਈ ਟੌਪ ਬਾਬਿਆਂ ਦੇ ਵਿੱਚੋਂ ਗਿਣਿਆ ਜਾਂਦਾ ਹੈ। ਅਤੇ ਦੋਸਤੋ, ਇਸ ਵਕਤ ਇਹਨਾਂ ਦਾ ਸ਼ਿਵਰ ਲੱਗਿਆ ਹੋਇਆ ਹੈ ਅਤੇ ਲੋਕ ਆਪਣੀ ਬਿਮਾਰੀ ਲੈ ਕੇ ਬਾਬਾ ਜੀ ਕੋਲ ਆਉਂਦੇ ਨੇ ਅਤੇ ਬਾਬਾ ਜੀ ਬਿਲਕੁਲ ਆ ਜਿਹੜੇ ਤੰਦਰੁਸਤ ਕਰਕੇ ਉਹ ਬੱਚਿਆਂ ਨੂੰ ਭੇਜ ਦਿੰਦੇ ਨੇ। ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬਾਬਾ ਜੀ ਪਹਿਲਾਂ ਉੱਪਰ ਕੰਬਲ ਪਾਉਂਦੇ ਨੇ ਅਤੇ ਕੰਬਲ ਪਾਉਣ ਤੋਂ ਬਾਅਦ ਕੁਝ ਜੋ ਨਸਾਂ, ਜੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਰ ਦੇ ਜਿਹੜੇ ਹੱਥ ਪੈਰ ਆ ਉਹ ਪ੍ਰੋਪਰ ਕੰਮ ਨਹੀਂ ਕਰ ਰਹੇ ਅਤੇ ਵੀਰ ਜਿਹੜਾ ਇਹਨੂੰ ਜਿਵੇਂ ਕੰਬਣ ਵਾਲਾ ਲੱਗਿਆ ਹੋਇਆ ਹੈ, ਬਿਨਾਂ ਮਤਲਬ ਤੋਂ ਹੀ ਉੱਦਾਂ ਹੀ ਸਰੀਰ ਦਾ ਕੰਮਦਾ ਰਹਿੰਦਾ ਹੈ ਅਤੇ ਇਹ ਜਨਮ ਕਈਆਂ ਨੂੰ ਬਿਮਾਰੀ ਜਨਮ ਤੋਂ ਹੀ ਹੁੰਦੀ ਹੈ ਅਤੇ ਕਈਆਂ ਨੂੰ ਬਾਅਦ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਹੋ ਜਾਂਦੀ ਹੈ। ਇਹ ਬਾਬਾ 5 ਦਿਨ ਆਪਣੇ ਸ਼ਿਵਰ ਦੇ ਵਿੱਚ ਰੱਖਦੇ ਨੇ ਅਤੇ 5 ਦਿਨਾਂ ਬਾਅਦ ਜਦੋਂ ਬਿਲਕੁਲ ਬੰਦਾ ਤੰਦਰੁਸਤ ਹੋ ਜਾਂਦਾ ਹੈ, ਠੀਕ ਹੋ ਜਾਂਦਾ ਹੈ, ਆਪਣੇ ਘਰ ਚਲਾ ਜਾਂਦਾ ਹੈ। ਦੋਸਤੋ, ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਇਹ ਤਾਂ ਉੱਥੇ ਜਾ ਕੇ ਹੀ ਪਤਾ ਲੱਗਦਾ ਹੈ, ਜਾਂ ਉੱਥੇ ਜੋ ਮਰੀਜ਼ ਗਏ ਨੇ ਉਹਨਾਂ ਤੋਂ ਹੀ ਪਤਾ ਲੱਗੇਗਾ। ਪਰ ਜੋ ਕਹਿਣ ਸੁਣਨ ਦੇ ਵਿੱਚ ਆਇਆ ਹੈ ਉਹ ਇਹ ਹੈ ਕਿ ਬਾਬਾ ਜੀ ਜੋ ਆਪਣਾ ਸ਼ਿਵਰ ਨੇ ਇਹ ਵੱਖ ਵੱਖ ਥਾਵਾਂ ਦੇ ਉੱਤੇ ਲਾਉਂਦੇ ਨੇ ਅਤੇ ਜਿਹੜੇ ਮਰੀਜ਼ ਨੇ ਇਹਨਾਂ ਦੇ ਸ਼ਿਵਰ ਦੇ ਵਿੱਚ ਆਉਂਦੇ ਨੇ। ਇੱਥੇ 5 ਦਿਨ ਦਾ ਜਿਹੜਾ ਕੈਂਪ ਹੁੰਦਾ, 5 ਦਿਨ ਬਾਅਦ ਜਿਹੜੇ ਮਰੀਜ਼ ਨੇ ਉਹ ਬਿਲਕੁਲ ਹੀ ਤੰਦਰੁਸਤ, ਬਿਲਕੁਲ ਹੀ ਠੀਕ ਹੋ ਕੇ ਜਾਂਦੇ ਨੇ। ਦੋਸਤੋ, ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਬਾਬਾ ਜੀ ਨੇ ਉਹ ਲੋਕਾਂ ਦਾ ਜਿਹੜਾ ਬਿਮਾਰੀ ਹੈ, ਲੋਕਾਂ ਦੀ ਬਿਮਾਰੀ ਹੈ, ਲੋਕਾਂ ਦੀ ਪ੍ਰੋਬਲਮ ਹੈ, ਉਸ ਨੂੰ ਬਿਲਕੁਲ ਠੀਕ ਕਰ ਰਹੇ ਨੇ। ਅਤੇ ਇਸ ਤਰ੍ਹਾਂ ਜਿਹੜਾ ਬਾਬਾ ਜੀ ਪਹਿਲਾਂ ਉੱਪਰ ਕੰਬਲ ਪਾਉਂਦੇ ਨੇ ਅਤੇ ਕੰਬਲ ਪਾਉਣ ਤੋਂ ਬਾਅਦ ਜਿਹੜਾ ਉਹ ਨਸ ਨੇ, ਜਿਹੜੀ ਨਸ ਦਬੀ ਹੁੰਦੀ ਹੈ ਜਾਂ ਨਸ ਰੁਕੀ ਹੁੰਦੀ ਹੈ, ਉਸ ਨਸ ਨੂੰ ਦਬਾਉਂਦੇ ਨੇ ਜਾਂ ਆਪਣਾ ਹਥੌਲਾ ਕਹਿ ਦਈਏ ਪਾਉਂਦੇ ਨੇ, ਜਾਂ ਕੋਈ ਇਸ ਤਰ੍ਹਾਂ ਦਾ ਜਾਦੂ ਕਰਦੇ ਨੇ, ਜਾਂ ਫਿਰ ਉਹ ਨਸਾਂ ਨੂੰ ਠੀਕ ਕਰਦੇ ਨੇ, ਉਹ ਜੋੜਾਂ ਨੂੰ ਠੀਕ ਕਰਦੇ ਨੇ, ਉਸ ਬਿਮਾਰੀ ਦੀ ਜੜ੍ਹ ਨੂੰ ਫੜਦੇ ਨੇ ਅਤੇ ਬੰਦਾ ਠੀਕ ਹੋ ਜਾਂਦਾ ਹੈ। ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਬਾਬਾ ਜੀ ਨੇ ਇਹ ਲੋਕਾਂ ਦੇ ਹੱਥ ਪੈਰਾਂ ਨੂੰ ਉਸ ਤਰ੍ਹਾਂ ਹੀ ਮੋੜ ਮੋੜ ਕੇ, ਉਸ ਤਰ੍ਹਾਂ ਹੀ ਜਿੱਦਾਂ ਉਹ ਜਿਵੇਂ ਬਿਮਾਰ ਨੇ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਇਲਾਜ ਕਰ ਰਹੇ ਨੇ। ਤਾਂ ਦੋਸਤੋ, ਇਹ ਰਾਜਸਥਾਨ ਦੇ ਮਸ਼ਹੂਰ ਬਾਬਾ ਜੀ ਨੇ ਜਿਨ੍ਹਾਂ ਨੂੰ ਕਾਲੀ ਕੰਬਲ ਵਾਲੇ ਬਾਬਾ ਵੀ ਕਿਹਾ ਜਾਂਦਾ ਅਤੇ ਵੱਖ ਵੱਖ ਥਾਵਾਂ ਦੇ ਉੱਤੇ ਰਾਜਸਥਾਨ ਦੇ ਵਿੱਚ ਇਹ ਆਪਣਾ ਸ਼ਿਵਰ ਲਾਉਂਦੇ ਨੇ ਅਤੇ ਪੂਰੇ ਦੇਸ਼ ਭਰ ਦੇ ਵਿੱਚੋਂ ਦੂਰੋਂ ਦੂਰੋਂ ਲੋਕ ਆ ਜਿਹੜੇ ਇਹਨਾਂ ਤੋਂ ਆਪਣਾ ਇਲਾਜ ਕਰਵਾਉਣ ਆਉਂਦੇ ਨੇ। 5 ਦਿਨ ਸ਼ਿਵਰ ਦੇ ਵਿੱਚ ਰੁਕਦੇ ਨੇ ਅਤੇ ਉਸ ਤੋਂ ਬਾਅਦ ਜਦੋਂ
ਠੀਕ ਹੋ ਜਾਂਦੇ ਨੇ, ਤੰਦਰੁਸਤ ਹੋ ਜਾਂਦੇ ਨੇ, ਉਸ ਤੋਂ ਬਾਅਦ ਆਪਣੇ ਘਰ ਚਲੇ ਜਾਂਦੇ ਨੇ।